ਕਹਿੰਦਾ ਹੁੰਦਾ ਸੀ ਵਿਚੋਲਾ ਦਾਜ ਦੇਣਗੇ ਉਹ ਪੂਰਾ, ਸਾਡੇ ਮਨ ਦਾ ਨੀ ਸ਼ੌਂਕ ਵਿੱਚ ਰਹਿ ਗਿਆ ਅਧੂਰਾ, ਸਾਡੇ ਮਨ ਵਿੱਚ ਬੜਾ ਸੀ ਵਿਚਾਰ, ਸੱਸ ਆਖਦੀ ਦਾਜ ਵਿੱਚ ਨਾ ਮਰੂਤੀ ਲਿਆਈ ਕਾਰ, ਸੱਸ ਆਖਦੀ। ਜਦੋਂ ਨਿੰਦੂ ਨੂੰ ਪਤਾ ਲੱਗਿਆ ਸੱਸ ਨੇ ਤਾਨੇ ਵੇਣੇ ਦਿੱਤੇ ਆ, ਨੰਗਾਂ ਦੀ ਇਹ ਧੀਏ ਸਾਡੇ ਪੱਲੇ ਪੈ ਗਈ ਆ ਕੇ, ਵਿਚੋਲਾ ਕਹਿੰਦਾ ਸੀਗਾ ਬਹੁਤ ਦਾਜ ਦੇਣਗੇ। ਤਾਂ ਨਿੰਦੋ ਨੇ ਫਿਰ ਆਪਣੀ ਸੱਸ ਦੇ ਪੈਰਾਂ ਤੇ ਚੁੰਨੀ ਰੱਖੀ, ਹੋ ਝਾੜ ਦਿੱਤੀ ਦਾਜ ਦੀ ਬਲੀ, ਨਿੰਦੋ ਫੂਕਤੀ ਮਿੱਟੀ ਦਾ ਤੇਲ ਪਾ ਕੇ, ਕੋਮਲ ਸਰੀਰ ਮੱਚਿਆ ਹੋ ਭੌਰੀ ਉੱਡ ਗਿਆ ਪਲਾਂਚ ਖੰਭੀ ਲਾ ਕੇ, ਝਾੜ ਦਿੱਤੀ ਦਾਜ ਦੀ ਬਲੀ, ਹੋ ਨਿੰਦੋ ਫੂਕਤੀ ਮਿੱਟੀ ਦਾ ਤੇਲ ਪਾ ਕੇ, ਹੋ ਬਾਜਾਂ ਚਿਖਾ ਕੋਲੇ ਮਾਰਾਂ ਕਿਤੋਂ ਬੋਲ ਬਚੀਏ ਨੀ, ਮੈਂ ਬਾਜਾਂ ਚਿਖਾ ਕੋਲੇ ਮਾਰਾਂ ਕਿਤੋਂ ਬੋਲ ਬਚੀਏ ਨੀ, ਬੁੱਢਾ ਬਾਬ ਲਿਹਾ ਹੋਇਆ ਨਵਾਂ ਡੋਲ ਬਚੀਏ ਨੀ, ਬਾਜਾਂ ਚਿਖਾ ਕੋਲੇ ਮਾਰਾਂ ਕਿਤੋਂ ਬੋਲ ਬਚੀਏ ਨੀ, ਬੁੱਢੀ ਮਾਤਾ ਰੋਂਦੀ ਜਾਵੇ ਨਿੰਦੋ ਦੀ ਚਿਖਾ ਦੇ ਬੰਨੀ, ਉਹ ਪਿੱਟਦੀ ਪੱਟਾਂ ਤੇ ਹੱਥ ਮਾਰ, ਪਿੱਟਦੀ ਪੱਟਾਂ ਤੇ ਹੱਥ ਮਾਰ, ਨੀ ਬੱਚੀਏ ਕਿਉਂ ਭੁੱਲੀ ਗਈ ਐ ਅੰਮੀ ਦਾ ਪਿਆਰ, ਕਿਉਂ ਭੁੱਲੀ ਗਈ ਐ ਅੰਮੀ ਦਾ ਪਿਆਰ। ਇਹ ਬਈ ਜਦੋਂ ਨਿੰਦੋ ਦਾ ਵਿਆਹ ਕਹਿਟ ਗਾਈ ਹੈ, ਨਿੰਦੋ ਦਾ ਬਾਬਲ ਨਿੰਦੋ ਨੂੰ ਕੋਲ ਬਿਠਾ ਕੇ ਪੁੱਛ ਰਿਹਾ ਗਾ ਕਿ ਬੇਟਾ ਤੇਰੇ ਵਿਆਹ ਦੇ ਉੱਤੇ ਮੈਂ ਪੂਰਾ ਜ਼ੋਰ ਲਾਉਣਾ, ਮੇਰਾ ਪਹਿਲਾ ਗੀਤ ਵਿੱਚ ਰਿਕਾਰਡ ਹੋਇਆ ਸੀਗਾ। ਥੋੜ੍ਹੇ ਦਿਨ ਰਹਿ ਗਏ ਨਿੰਦੋ ਤੇਰੇ ਨਹੀਂ ਵਿਆਹ ਦੇ ਵਿੱਚ, ਤਿੰਨ ਹੜ ਰਹਿੰਦੇ ਵਿਆਹ ਕਢਿਆ ਲਾ ਬੱਚੀ, ਨਹੀਂ ਕਹਿਣਾ ਆਪਣੇ ਤੂੰ ਸ਼ੌਂਕ ਦਾ ਕਰਾ ਲਿਆ ਬੱਚੀ। ਤਾਂ ਜਦੋਂ ਬਾਬਲ ਨੇ ਪੁੱਛਿਆ ਨਿੰਦੋ ਨੂੰ ਵੀ ਤੂੰ ਦੱਸ ਕਿਹੜਾ ਗਹਿਣਾ ਲੈਣਾ ਤੇਰੇ ਵਾਸਤੇ ਕਰਾ ਦੇ ਰਿਹਾ, ਨਿੰਦੋ ਨੂੰ ਪਤਾ ਸੀਗਾ ਕਿ ਅੱਜ ਦਾਜ ਦਾ ਬਹੁਤ ਵੱਡਾ ਇੱਕ ਦੌਰ ਚੱਲਿਆ ਹੋਇਆ ਹੈ, ਦਾਜ ਦੇ ਪਿੱਛੇ ਬਹੁਤ ਕੁੜੀਆਂ ਸਾੜੀਆਂ ਜਾ ਰਹੀਆਂ ਨੇਗੀਆਂ, ਬਹੁਤ ਕੁੜੀਆਂ ਘਰਾਂ ਦੇ ਵਿੱਚ ਬੈਠੀਆਂ ਨੇਗੀਆਂ। ਤਾਂ ਫਿਰ ਨਿੰਦੋ ਆਪਣੇ ਬਾਬਲ ਨੂੰ ਕਹਿਣ ਲੱਗੀ ਹੈ, ਦੂਜਾ ਗੀਤ ਸੀਗਾ, ਕਹਿਣ ਤੋਂ ਵੀ ਸੰਗਦੀ ਨਾ ਬਹੁਤਾ ਕੁਝ ਮੰਗਦੀ ਨਾ, ਸਮਝੀ ਨਾ ਇਹ ਤੂੰ ਮਖੌਲ ਬਾਬਲਾ, ਬੇਦੇਵੀ ਦਾਜ ਵਿੱਚ ਤੇਰੀ ਲਾਡਲੀ ਨੂੰ ਇੱਕ ਪਸਤੌਲ ਬਾਬਲਾ। ਕਈ ਭੈਣਾਂ ਵੇਖੀਏ ਮੈਂ ਦਾਜ ਪਿੱਛੇ ਛੱਡੀਆਂ, ਜਾਣੀ ਕਿ ਨਿੰਦੋ ਦੇ ਬਾਬਲ ਨੇ ਕਿਹਾ ਨਾ ਬੇਟਾ ਤੂੰ ਆਪਣੇ ਸੱਸ ਸਹੁਰੇ ਦੀ ਸੇਵਾ ਕਰਨੀ ਹੈ, ਉਹਨਾਂ ਦਾ ਸਤਿਕਾਰ ਕਰਨਾ ਹੈ। ਤਾਂ ਸਮਾਂ ਬੀਤਦੇ ਹੋਏ ਨਿੰਦੋ ਨੂੰ ਡੋਲੀ ਦੇ ਵਿੱਚ ਪਾ ਦਿੱਤਾ, ਬੜੀ ਚਾਵਾਂ ਦੇ ਨਾਲ ਬਹੁਤ ਪੈਸਾ ਖਰਚ ਕੀਤਾ, ਬੜਾ ਧਨ ਦਿੱਤਾ ਦਿੱਤਾ ਮਾਪਿਆਂ ਨੇ ਡੋਲੀ ਵਿੱਚ ਪਾ ਆਪਣੀ ਪਿਆਰੀ ਬੱਚੀ ਨੂੰ। ਖੜੀ ਰੋਵੇ ਅੰਮ੍ਰਿਤ ਤਖਤੇ ਦੇ ਕੋਲ ਸੀ, ਢਿੱਡ ਖਾਲੀ ਹੋਇਆ ਲਾਡਲੀ ਨੂੰ ਤੋਰ ਸੀ, ਨਾਲੇ ਉੱਚੀ ਉੱਚੀ ਮਾਰਦੀ ਹੈ ਤਾਂ ਆਪਣੀ ਪਿਆਰੀ ਬੱਚੀ ਨੂੰ, ਜੇ ਤਾਂ ਮਾਪਿਆਂ ਨੇ ਡੋਲੀ ਵਿੱਚ ਕੀਤਾ। ਜਦੋਂ ਖੁਸ਼ੀਆਂ ਦੇ ਨਾਲ ਨਿੰਦੋ ਨੂੰ ਵਿਦਾ ਕੀਤਾ, ਬਹੁਤ ਸਿਆਣੀ ਬੱਚੀ ਹੈ, ਪੜ੍ਹੀ ਲਿਖੀ ਹੈ, ਬੜਾ ਪੈਸਾ ਲਾਇਆ ਮਾਂ ਪਿਓ ਨੇ ਪੜ੍ਹਾਈ ਦੇ ਉੱਤੇ। ਤਾਂ ਜਦੋਂ ਸਹੁਰੇ ਘਰ ਗਈ ਤਾਂ ਉਹਦਾ ਦਾਜ ਦਹੇਜ ਵੇਖ ਕੇ ਸੱਸ ਨੇ ਫਿਰ ਨੱਕ ਚੜ੍ਹਾ ਲਿਆ ਉੱਤੇ, ਕਿਉਂਕਿ ਇਹ ਟਾਈਮ ਸੀਗਾ ਜੀ, ਉਸ ਵੇਲੇ ਦੀ ਗੱਲ ਸੀ ਜਦੋਂ ਕਿ ਘਰ ਦੇ ਵਿੱਚ ਸੱਸ ਦਾਜ ਮੰਗਿਆ ਕਰਦੀ ਉਸ ਟਾਈਮ ਦੇ ਉੱਤੇ, ਵੀ ਫਰਿੱਜ ਚਾਹੀਦਾ, ਟੀ ਵੀ ਚਾਹੀਦਾ, ਘਰ ਦੇ ਵਿੱਚ ਮੋਟਰਸਾਈਕਲ ਗੱਡੀ ਚਾਹੀਦੀ, ਉਦੋਂ ਸੱਸ ਦਾਜ ਮੰਗਦੀ ਹੁੰਦੀ ਸੀ। ਪਰ ਹੁਣ ਸਾਥੀ ਉਹ ਸਮਾਂ ਬਦਲ ਗਿਆ ਕਿ ਹੁਣ ਜਦੋਂ ਸੱਸ ਨੂੰ ਕੋਈ ਪੁੱਛਦਾ ਵੀ ਮੁੰਡੇ ਦਾ ਰਿਸ਼ਤਾ ਕਰਾਈਏ ਤਾਂ ਕੀ ਡਿਮਾਂਡ ਹੈ, ਕੀ ਮੰਗਣਾ, ਤਾਂ ਹੁਣ ਸੱਸ ਇਹ ਕਹਿੰਦੀ ਹੈ ਵੀ ਕੁਛ ਨਹੀਂ ਲੈਣਾ, ਘਰ ਵਿੱਚ ਬਹੁਤ ਚਾਰ ਮੋਟਰਸਾਈਕਲ ਖੜ੍ਹੇ ਹੈ, ਗੱਡੀ ਹੈ, ਫਰਿੱਜ ਤੋੜਾ ਹੀ ਨਹੀਂ ਹੈਗਾ, ਬਹੁਤ ਕੁਛ ਹੈ, ਹੁਣ ਸਾਨੂੰ ਕੁੜੀ ਵਧੀਆ ਚਾਹੀਦੀ ਹੈ, ਲੈ ਕੇ ਬੰਦ ਜਿਹੜੀ ਕਿ ਸਾਡੀ ਸੇਵਾ ਕਰੇ, ਅੱਜ ਕੁੜੀਆਂ ਦੀ ਡਿਮਾਂਡ ਹੈ, ਅੱਜ ਦਾਜ ਦਹੇਜ ਦੀ ਕੋਈ ਮੰਗ ਨਹੀਂ, ਅੱਜ ਧੀ ਵਾਲੇ ਖਰਚ ਕਰਦੇ ਹੈ ਆਪਣੀਆਂ ਬੱਚਿਆਂ ਦੀ ਉੱਤੇ, ਅੱਜ ਲੜਕੀ ਵਾਲਾ ਖਰਚ ਕਰ ਰਿਹਾ, ਪਹਿਲਾਂ ਸਹੁਰਿਆਂ ਦੀ ਡਿਮਾਂਡ ਹੁੰਦੀ ਸੀ, ਜਾਣੀ ਕਿ ਇਹ ਜਵਾਨੀ ਦਾ ਰੂਪ ਬਦਲ ਗਿਆ। ਤਾਂ ਗੱਲ ਮੈਂ ਕਹਿਣ ਲੱਗੇ ਹਾਂ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਧੀਆਂ ਨੂੰ ਸਾੜਿਆ ਜਾਂਦਾ ਸੀਗਾ ਅਤੇ ਦਾਜ ਪਿੱਛੇ ਬਹੁਤ ਕੁੜੀਆਂ ਛੱਡੀਆਂ ਗਈਆਂ ਸੀਗੀਆਂ, ਉਦੋਂ ਇੱਕ ਲਹਿਰ ਚੱਲੀ ਸੀ ਕਿ ਕੁੜੀਆਂ ਨੂੰ ਫਿਰ ਜਿਹੜੀਆਂ ਘਰਾਂ ਵਿੱਚ ਬੈਠੀਆਂ ਉਹਨਾਂ ਨੂੰ ਦਾਜ ਪਿੱਛੇ ਮਤਲਬ ਕਿ
ਅਤੇ ਆਪਾਂ ਆਪਣੇ ਸਹੁਰਿਆਂ ਘਰ ਭੇਜਿਆ। ਤਾਂ ਫਿਰ ਸੱਸ ਨੇ ਜਦੋਂ ਮੂੰਹ ਚੜਾਇਆ ਨੱਕ ਚੜਾਇਆ ਵੀ ਦਾਜ ਵਧੀਆ ਜਦੋਂ ਗੀਤ ਮੈਂ ਗਾਇਆ ਸੀਗਾ, ਸੱਸ ਕਹਿੰਦੀ ਹੈ ਉਹ ਦਾਜ ਵਿੱਚ ਨਾ ਮਰੂਤੀ ਲਿਆਈ ਕਾਰ। ਸੱਸ ਆਖਦੀ ਨੀ ਸਾਡੇ ਸ਼ੌਂਕ ਦਾ ਕੋਈ ਕੀਤਾ ਨਾ ਵਿਹਾਰ। ਸੱਸ ਆਖਦੀ ਦਾਜ ਵਿੱਚ ਨਾ ਮਰੂਤੀ ਲਿਆਈ ਕਾਰ। ਸੱਸ ਆਖਦੀ ਉਹ ਕਹਿੰਦਾ ਹੁੰਦਾ ਸੀ ਵਿਚੋਲਾ ਦਾਜ ਦੇਣਗੇ ਉਹ ਪੂਰਾ, ਸਾਡੇ ਮਨ ਦਾ ਨੀ ਸ਼ੌਂਕ ਵਿੱਚ ਰਹਿ ਗਿਆ ਅਧੂਰਾ। ਸਾਡੇ ਮਨ ਵਿੱਚ ਬੜਾ ਸੀ ਵਿਚਾਰ। ਸੱਸ ਆਖਦੀ ਦਾਜ ਵਿੱਚ ਨਾ ਮਰੂਤੀ ਲਿਆਈ ਕਾਰ। ਸੱਸ ਆਖਦੀ ਜਦੋਂ ਨਿੰਦੂ ਨੂੰ ਪਤਾ ਲੱਗਿਆ ਸੱਸ ਨੇ ਤਾਨੇ ਬਿਣੇ ਦਿੱਤੇ ਆ, ਨੰਗਾਂ ਦੀ ਇਹ ਧੀਏ ਸਾਡੇ ਪੱਲੇ ਪੈ ਗਈ ਆ ਕੇ। ਵਿਚੋਲਾ ਕਹਿੰਦਾ ਸੀਗਾ ਬਹੁਤ ਦਾਜ ਦਹੇਜ ਦੇਣਗੇ। ਤਾਂ ਨਿੰਦੋ ਨੇ ਫਿਰ ਆਪਣੀ ਸੱਸ ਦੇ ਪੈਰਾਂ 'ਤੇ ਚੁੰਨੀ ਰੱਖੀ ਅਤੇ ਮਿੰਨਤਾਂ ਕਰਦੀ ਆ, ਕਹਿੰਦੀ ਆ ਮਾਂ ਨੀ ਵੀਰ ਨਿਆਣਾ ਤੱਤੜੀ ਦਾ, ਦੱਸ ਮੈਂ ਕਿੱਥੋਂ ਦਾਜ ਲਿਜਾਵਾਂ। ਪੱਗ ਮਾੜੀ ਚੁੰਦਰੀ ਦੇ ਮੈਂ ਕਿਹਨੂੰ ਰੋ ਰੋ ਹਾਲ ਸੁਣਾਵਾਂ। ਨੀ ਵੀਰ ਨਿਆਣਾ ਤੱਤੜੀ ਦਾ, ਦੱਸ ਮੈਂ ਕਿੱਥੋਂ ਦਾਜ ਲਿਆਵਾਂ। ਮੇਰਾ ਬਾਬਲ ਬੁੱਢਾ ਹੈ, ਜ਼ਮੀਨ ਜਾਇਦਾਦ ਸਾਰੇ ਵੇਚ ਕੇ ਮੈਨੂੰ ਮੇਰੇ ਵਿਆਹ 'ਤੇ ਲਾ ਦਿੱਤੀ ਹੈ, ਮੈਂ ਕਿੱਥੋਂ ਦਾਜ ਲੈ ਕੇ ਆਵਾਂ ਧੀਆਂ ਵਾਲਿਓ। ਤਾਂ ਫਿਰ ਸੱਸ ਨੇ ਦਾਜ ਦੇ ਲਾਲਚ ਵਿੱਚ ਆ ਕੇ, ਲੋਭ ਵਿੱਚ ਆ ਕੇ, ਤਾਂ ਕੁਛ ਦਿਨਾਂ ਬਾਅਦ ਹਜੇ ਉਹ ਲੜਕੀ ਦੇ ਹੱਥਾਂ ਤੋਂ ਮਹਿੰਦੀ ਵੀ ਨਹੀਂ ਸੀ ਲੱਥੀ ਅਤੇ ਉਹਨੂੰ ਰੋਟੀ ਪ੍ਰਸ਼ਾਦੇ ਪਕਾਉਣ ਲਾ ਦਿੱਤਾ। ਤਾਂ ਉਦੋਂ ਸਟੋਪ ਦਾ ਇੱਕ ਘਰਾਂ ਵਿੱਚ ਸਟੋਪ ਆਉਂਦੇ ਸੀ, ਆ ਗੈਸੀ ਚੁੱਲ੍ਹੇ ਨਹੀਂ ਸੀ ਆਉਂਦੇ, ਆ ਤਾਂ ਹੁਣ ਚੱਲੀ ਹੈ। ਤਾਂ ਜਾਣੀ ਕਿ ਘਰ ਦਾ ਇੱਕ ਇਹ ਮਾਹੌਲ ਬਣਾ ਕੇ ਵੀ ਆਪਾਂ ਕਹਿ ਦਾਂਗੇ ਵੀ ਇਹਨੇ ਸਟੋਪ ਫੜੇ ਆ ਅਤੇ ਨਿੰਦਰ ਨੂੰ ਅੱਗ ਲਾ ਦਿੱਤੀ ਹੈ ਮਾਂ ਅਤੇ ਪੁੱਤ ਨੇ ਰਲ ਕੇ। ਉਸ ਵੇਲੇ ਦੀ ਗੱਲ ਸੀਗੀ, ਇਹ ਮੈਂ ਪਹਿਲਾਂ ਕੀ ਲਿਖਿਆ ਸੀਗਾ, ਕਹਾਣੀ ਬਾਅਦ 'ਚ ਬਣੀ ਹੈ। ਹੋ ਚਾੜ ਦਿੱਤੀ ਦਾਜ ਦੀ ਬਲੀ, ਨਿੰਦੋ ਫੂਕਤੀ ਮਿੱਟੀ ਦਾ ਤੇਲ ਪਾ ਕੇ, ਕੋਮਲ ਸਰੀਰ ਮੱਚਿਆ ਹੋ ਭੌਰੀ ਉੱਡ ਗਿਆ ਪਲਾਂ 'ਚ ਖੰਭੀ ਲਾ ਕੇ। ਚਾੜ ਦਿੱਤੀ ਦਾਜ ਦੀ ਬਲੀ, ਹੋ ਨਿੰਦੋ ਫੂਕਤੀ ਮਿੱਟੀ ਦਾ ਤੇਲ ਪਾ ਕੇ, ਹੋ ਕੰਧਾਂ ਨਾਲ ਮਾਰੇ ਟੱਕਰਾਂ ਤਾਹਾਂ ਮਾਰੇ ਕਰਮਾਂ ਨੂੰ ਰੋਵੇ। ਕੱਲਾ ਨਾ ਹੋਵੇ ਵੀਰ ਕਿਸੇ ਦਾ, ਭੈਣ ਦੁਖੀ ਨਾ ਕਿਸੇ ਦੀ ਰੱਬਾ ਹੋਵੇ। ਵੇ ਦੇ ਦਿਓ ਸੁਨੇਹਾ ਵੀਰ ਨੂੰ, ਕੋਈ ਕਹਿ ਦੋਵੇ ਨਿੰਦੋ ਦੇ ਪੇਕੇ ਜਾ ਕੇ। ਚਾੜ ਦਿੱਤੀ ਦਾਜ ਦੀ ਬਲੀ, ਨਿੰਦੋ ਫੂਕਤੀ ਮਿੱਟੀ ਦਾ ਤੇਲ ਪਾ ਕੇ। ਹਾਏ ਮੱਛੀ ਵਾਂਗੂ ਜਿੰਦ ਤੜਫੇ, ਵੇਖੀ ਜਾਵੇ ਨਾ ਉਹ ਮੱਛੀ ਦੀ ਵਿਚਾਰੀ। ਆਲੂ ਜਿਉਂ ਸਰੀਰ ਉੱਠਿਆ, ਪਾਇਆ ਜਦੋਂ ਸੀ ਨਿੰਦੋ ਦੇ ਉੱਤੇ ਪਾਣੀ। ਉਹ ਭੱਠੀ ਵਾਂਗੂ ਸੇਕ ਮਾਰਦਾ, ਮੈਂ ਜਦੋਂ ਵੇਖਿਆ ਰਸੋਈ ਵਿੱਚ ਜਾ ਕੇ। ਚਾੜ ਦਿੱਤੀ ਦਾਜ ਦੀ ਬਲੀ, ਨਿੰਦੋ ਫੂਕਤੀ ਮਿੱਟੀ ਦਾ ਤੇਲ ਪਾ ਕੇ। ਉਹ ਲੜਕੀ ਨੂੰ ਸਾੜ ਦਿੱਤਾ ਨਿੰਦੋ ਨੂੰ। ਤਾਂ ਜਦੋਂ ਪਿੰਡ ਵਾਲਿਆਂ ਨੇ ਉਹ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮਰ ਚੁੱਕੀ ਸੀ। ਇੱਧਰੋਂ ਨਿੰਦੋ ਦੇ ਪੇਕੇ ਵੱਲ ਸੁਨੇਹਾ ਭੇਜ ਦਿੱਤਾ ਕਿ ਨਿੰਦੋ ਦੀ ਮੌਤ ਹੋ ਗਈ ਹੈ ਸਟੋਵ ਫਟ ਕੇ। ਤਾਂ ਨਿੰਦੋ ਦਾ ਬੁੱਢਾ ਬਾਬਲ, ਇੱਕ ਉਹਦੀ ਮਾਤਾ, ਨਿੱਕਾ ਵੀਰ, ਨਾਲ ਪਿੰਡ ਦੀਆਂ ਭੈਣਾਂ, ਨੰਬਰਦਾਰ, ਜੈਲਦਾਰ ਸਾਰੇ ਇਕੱਠੇ ਹੋ ਕੇ ਆਏ ਆ ਜਦੋਂ ਉਸ ਵੇਲੇ ਦਾ ਸੀਨ ਹੈ। ਬੁੱਢਾ ਬਾਬਲ ਇੱਕ ਆਪਣੀ ਧੀ ਦੀ ਚਿਖਾ ਦੇ ਉੱਤੇ ਖੜ ਕੇ ਰੋਂਦਾ ਬਰਲਾਤ ਕਰਦਾ। ਹੋ ਬਾਜਾਂ ਚਿਖਾ ਕੋਲੇ ਮਾਰਾਂ ਕਿਤੋਂ ਬੋਲ ਬੱਚੀਏ ਨੀ, ਮੈਂ ਬਾਜਾਂ ਚਿਖਾ ਕੋਲੇ ਮਾਰਾਂ ਕਿਤੋਂ ਬੋਲ ਬੱਚੀਏ ਨੀ। ਬੁੱਢਾ ਬਾਬਲ ਹੈ ਹੋਇਆ ਨਵਾਂ ਡੋਲ ਬੱਚੀਏ ਨੀ, ਬਾਜਾਂ ਚਿਖਾ ਕੋਲੇ ਮਾਰਾਂ ਕਿਤੋਂ ਬੋਲ ਬੱਚੀਏ ਨੀ, ਬਾਜਾਂ ਚਿਖਾ ਕੋਲੇ ਮਾਰਾਂ ਕਿਤੋਂ ਬੋਲ ਬੱਚੀਏ ਨੀ।
इना जालमा ने तेरे मिहाई की साडे नाल मैं ता दाज विच लाहाड़ली दी कीती नहीं सी जान हाय मैं दाज विच लाहाड़ली दी कीती नहीं सी जान हो टिड्डों खाली होया खड़ा तेरे कोल बजिए नी बाजा चिखा कोले मारा कि तू बोल बचिए नी बाजा चिखा कोले मारा कि तू बोल बचिए नी तेरी बुढ़ी मां दे कोलों वेख तुरिया भी ना जावे नैनो मुक गया नीर वेख रोया भी ना जावे तेरा निका भी रहजे अनपोल बचिए नी बाजा चिखा कोले मारा कि तू बोल बचिए नी मैं बाजा चिखा कोले मारा कि तू आ जा बचिए नी बुढ़ा बावल ता हाँ मार के रोंद तिया वाले हो ता निंदो दी बुढ़ी मां एक अपने धी का बरलाप कर दी आ रही है वह गीत भी ये पेश है बुढ़ी माता रोंदी जावे निंदो दी चिखा दे बनी पिट दी पट्टा ते हाथ मार हो पिट दी पट्टा ते हाथ मार बुढ़ी माता रोंदी जावे निंदो दी चिखा दे बनी हो पिट दी पट्टा ते हाथ मार पिट दी पट्टा ते हाथ मार नी बचिए क्यों भुली गई है अम्मी दा प्यार क्यों भुली गई है अम्मी दा प्यार क्यों भुली गई है अम्मी दा प्यार बुढ़ी मां दा प्रलाप है इधर दूजा भाग आया सीगा वो अगली कहर दी आपां फिर गल करांगे जिवें कि हजे निंदुआ न्याणा वीर तेरा वड्डा होके लैनू बदला अगली जानी के दाज दिया लोभिया ने भैन गल भी छित्रां दे यार वो अगली टेप दी गल्लां नेगियां बाद विच गल्लां ने जी।